ਅਸ਼ੋਕ ਜੀ, ਕਿਵੇਂ ਦੇਖਦੇ ਹੋ? ਇੱਕ ਪਾਸੇ ਜਦੋਂ ਰਵਨੀਤ ਬਿੱਟੂ ਜਿਹੜੇ ਮੌਜੂਦਾ ਸੰਸਦ ਵੀ ਹੋਣ, ਹੁਣ ਬੇਸ਼ੱਕ ਪਾਰਟੀ ਬਦਲ ਗਈ ਹੋਣ, ਦੂਜੇ ਪਾਸੇ ਕਾਂਗਰਸ ਵਾਲੇ ਪਾਰਟੀ ਪ੍ਰਧਾਨ, ਇਸ ਤਰ੍ਹਾਂ ਦੇ ਚਿਹਰੇ ਚੋਣ ਮੈਦਾਨ ਚ ਨਿਤਾਰੇ ਹੋਣ, ਤੇ ਉੱਥੇ ਅਸ਼ੋਕ ਪ੍ਰੈਸ਼ਰ ਪੱਪੀ ਹੋਰਾਂ ਤੇ ਦਾਅ ਖੇਡਿਆ ਆਮ ਆਦਮੀ ਨੇ? ਦੇਖੋ, ਇਹ ਮੇਰਾ ਪਿਆਰ ਆ, ਮੈਂ ਹਲਕਾ ਸੈਂਟਰ ਦਾ ਬਤੌਰ MLA ਸੇਵਾ ਕਰ ਰਿਹਾ ਸੀ। ਅੱਜ ਲੋਕਾਂ ਨੇ ਮੇਰੇ ਤੇ ਭਰੋਸਾ ਮੇਰੇ ਹਲਕੇ ਦਿਆਂ ਨੇ ਜਿਤਾਇਆ ਸੀ। ਅੱਜ ਸਰਦਾਰ ਭਗਵੰਤ ਸਿੰਘ ਮਾਨ ਨੇ ਮੇਰੇ ਤੇ ਵਿਸ਼ਵਾਸ ਕਰਕੇ ਅੱਜ ਮੈਨੂੰ 9 ਹਲਕਿਆਂ ਦੀ ਸੇਵਾ ਦੇ ਵਿੱਚ ਭੇਜਿਆ ਵਾ। ਸੇਵਾ ਕਰਨੀ ਹੈ, ਸੇਵਾ ਰਾਜਨੀਤੀ ਜਿਹੜੀ ਆ ਉਹ ਕੋਈ ਧੰਦਾ ਨਹੀਂ, ਰਾਜਨੀਤੀ ਸੇਵਾ ਵਾ। ਸੇਵਾ ਕੀਤੀ ਆ 2 ਸਾਲ, ਸੇਵਾ ਹੁਣ ਅੱਗਿਓਂ ਕਰਾਂਗੇ 9 ਹਲਕਿਆਂ ਦੀ। ਅੱਛਾ, ਵੈਸੇ ਤੁਸੀਂ ਕਦੇ ਸੋਚਿਆ ਸੀ? ਦੇਖੋ, ਪਹਿਲਾਂ ਤਾਂ ਜਦੋਂ MLA ਤੁਸੀਂ ਬਣੇ ਹੋ ਉਹ ਵੀ ਇੱਕ ਨਵਾਂ ਇੱਕ ਵੱਡਾ ਤਬਦੀਲੀ ਆਈ ਸੀਗੀ, ਪਰ ਤੁਸੀਂ ਸੋਚਿਆ ਸੀ ਕਿ ਕਦੇ ਤੁਹਾਨੂੰ ਪਾਰਲੀਮੈਂਟ ਚੋਣ ਵੀ ਇੰਨੀ ਜਲਦੀ ਲੜਨੀ ਪੈ ਸਕਦੀ ਹੈ? ਦੇਖੋ, ਇਹ ਪਾਰਟੀ ਦੀਆਂ ਡਿਊਟੀਆਂ ਨੇ, ਜਿਹੜਾ ਪਾਰਟੀ ਹੁਕਮ ਕਰੇ, ਪਾਰਟੀ ਅਗਰ ਜਿਹੜੀ ਜਗ੍ਹਾ ਤੇ ਖੜਾਊਗੀ, ਕਦੇ ਪਾਰਟੀ ਨੂੰ ਪਿੱਠ ਨਹੀਂ ਦਿਖਾਈ ਜਾਂਦੀ ਹੁੰਦੀ। ਸਾਡੇ ਤੇ ਐਡਾ ਵੱਡਾ ਭਰੋਸਾ ਪਾਰਟੀ ਨੇ ਰੱਖਿਆ, ਅੱਜ ਉਸ ਭਰੋਸੇ ਨੂੰ ਮਜ਼ਬੂਤ ਕਰਕੇ ਲੋਕਾਂ ਦੀ ਕਚਹਿਰੀ ਚ ਜਾ ਰਹੇ ਆ। ਲੋਕੀ ਬਹੁਤ ਵੱਡਾ ਭਰਮਾ ਹੰਗਾਰਾ ਦੇ ਕੇ ਅੱਜ 9 ਦੇ 9 ਹਲਕਿਆਂ ਦੇ ਵਿੱਚ ਮੈਂ ਜਿੱਥੇ ਜਾਂਦਾ ਵਾਂ ਲੋਕੀ ਪਿਆਰ ਕਰਦੇ ਆ, ਔਰ ਸਰਦਾਰ ਭਗਵੰਤ ਸਿੰਘ ਮਾਨ ਦੇ ਕੀਤੇ ਹੋਏ ਪਿਛਲੇ 2 ਸਾਲਾਂ ਦੇ ਕੰਮ ਜਿਹੜੇ ਆ ਅੱਜ ਲੋਕਾਂ ਦੇ ਦਿਲਾਂ ਚ ਘਰ ਕਰ ਚੁੱਕੇ ਹੋਏ ਆ। ਲੋਕ ਬਹੁਤ ਵੱਡੀ ਬਹੁਮਤ ਨਾਲ ਇਹ ਲੁਧਿਆਣੇ ਦੀ ਸੀਟ ਨੂੰ ਜਿਤਾਉਣ ਜਾ ਰਹੇ। ਪਰ ਇਹ ਨਹੀਂ ਲੱਗਦਾ ਪਿੱਛੇ ਵਗ ਰਹੀ ਕੱਚੀ ਨਹਿਰ ਆ ਜੀ, ਇਹਦੇ ਸ਼ਾਂਤ ਪਾਣੀ ਵਾਂਗੂ MLA ਬਣ ਕੇ ਤੁਸੀਂ ਆਪਦਾ ਸ਼ਾਂਤ ਤਰੀਕੇ ਟਾਈਮ ਚੱਲ ਰਿਹਾ ਸੀ, ਪਰ ਇੱਕੇ ਦਮ ਜਦੋਂ ਕਹਿੰਦੇ ਆ ਕਿ ਮੋਗਾ ਟੁੱਟਦਾ ਜਾਂ ਉਧਰੋਂ ਪਾਣੀ ਛੱਡਦੇ ਡੈਮ ਤੋਂ, ਤਾਂ ਫਿਰ ਛੱਲਾਂ ਵੱਜਦੀਆਂ ਆਉਂਦੀਆਂ, ਉਹ ਛੱਲਾਂ ਦਾ ਸਾਹਮਣਾ ਹੁਣ ਕਰਨਾ ਪੈ ਰਿਹਾ? ਦੇਖੋ, ਛੱਲਾਂ ਐ ਨਾ, ਇੱਕ ਤਾਂ ਗਿੱਦੜਬਾਏ ਤੋਂ ਭੇਜਤਾ ਛੱਲਾਂ, ਤਾਂ ਸਮਝੀਏ ਜੇ ਕੋਈ ਲੋਕਲ ਹੋਵੇ। 50 ਲੱਖ ਦੀ ਆਬਾਦੀ ਦਾ ਸ਼ਹਿਰ ਤੇ ਇੱਥੇ ਕੋਈ ਕਾਂਗਰਸ ਨੂੰ ਬੰਦਾ ਨਹੀਂ ਲੱਭਿਆ ਲੁਧਿਆਣੇ ਚ ਲੋਕਲ। ਬਿੱਟੂ ਜੀ ਨੂੰ 10 ਸਾਲ ਲੁਧਿਆਣੇ ਦੇ ਲੋਕੀ ਦੇ ਚੁੱਕੇ, ਅੱਜ ਉਹ ਅਮਿਤ ਸ਼ਾਹ ਤੇ ਮੋਦੀ ਦੀ ਗੱਡੀ ਚ ਬਹਿ ਕੇ ਟ੍ਰੇਨ ਚ ਸ਼ਤਾਬਦੀ ਚ ਟਿਕਟ ਲੈ ਕੇ ਕਾਂਗਰਸ ਛੱਡ ਕੇ ਆ ਗਿਆ। ਇਹ ਲੋਕਾਂ ਨੇ ਰਾਜਨੀਤੀ ਨੂੰ ਧੰਦਾ ਬਣਾ ਕੇ ਕੀਤਾ ਹੋਇਆ ਵਾ। ਲੋਕ ਸਭ ਜਾਣਦੇ, ਅੱਜ ਕੱਲ ਬੱਚੇ ਜਿਹੜੇ ਆ ਬਹੁਤ ਸਿਆਣੇ ਹੋ ਚੁੱਕੇ, ਇੰਟੈਲੀਜੈਂਟ ਬੱਚੇ ਆ, ਉਹ ਦੱਸਦੇ ਆ ਵੀ ਇਹ ਲੋਕਾਂ ਨੂੰ ਤਾਂ ਅਸੀਂ ਇਸ ਵਾਰੀ ਘਰ ਬਿਠਾਉਣਾ, ਹੁਣ ਇਹਨਾਂ ਨੇ ਬਹੁਤ ਲੰਬੀ ਰਾਜਨੀਤੀ ਕਰ ਲਈ। ਅੱਛਾ ਅਸ਼ੋਕ ਜੀ, ਐਸੇ ਹਾਲਾਤਾਂ ਚ ਕਿਵੇਂ ਦੇਖਦੇ ਹੋ ਜਿਹੜੇ ਸਾਹਮਣੇ ਚਿਹਰੇ ਨੇ ਉਹ ਕਿਤੇ ਨਾ ਕਿਤੇ ਸਿਰ ਧੜਦੀ ਵਾਲਾ ਕੰਮ ਹੈ? ਉਧਰ ਤਾਂ ਰਵਨੀਤ ਬਿੱਟੂ ਨੂੰ ਇਹ ਲੱਗਦਾ ਕਿ ਜੇ ਮੈਂ ਇੱਥੋਂ ਜਿੱਤ ਜਾਂ ਤਾਂ ਉੱਤੇ ਕੋਈ ਵੱਡੀ ਕੁਰਸੀ ਵੀ ਮਿਲ ਸਕਦੀ ਹੈ, ਤੇ ਕਾਂਗਰਸ ਨੂੰ ਇਹ ਲੱਗਦਾ ਕਿ ਭਾਈ ਆਪਣੀ ਸੀਟ ਇਹ ਗਈ ਹੈ, ਰਵਨੀਤ ਬਿੱਟੂ ਨੇ ਜੇ ਇੱਦਾਂ ਕੀਤਾ ਤਾਂ ਉਹਦਾ ਟਾਕਰਾ ਕਰਨਾ, ਰਾਜਾ ਵੜਿੰਗ ਨੂੰ ਲਿਆ ਕੇ ਲਾਤਾ। ਇਸ ਜਿੱਦਾਂ ਕਹਿੰਦੇ ਕਿ ਸਾਨਾ ਦੇ ਭੇਡ ਦੇ ਵਿੱਚ ਇੱਕ ਹਸਮੁਖ ਇਨਸਾਨ, ਕਿਉਂਕਿ ਮੈਂ ਤੁਹਾਨੂੰ ਜਦੋਂ ਤਕਰੀਬਨ ਮਿਲਦੇ ਹਾਂ ਦੇਖਦਾ ਤੁਸੀਂ ਬੜੇ ਜੌਲੀ ਨੇਚਰ 'ਚ ਰਹਿੰਦੇ ਹੋ, ਤੇ ਤੁਹਾਡਾ ਭੇਡ ਉੱਧਰ ਹੋ ਗਿਆ? ਦੇਖੋ, ਗੱਲ ਸਿੱਧੀ ਜੀ ਆ, ਬਿੱਟੂ ਹੋਵੇ ਰਾਜਾ ਵੜਿੰਗ ਹੋਵੇ, ਇਹਨਾਂ ਨੂੰ ਦੋਨਾਂ ਨੂੰ ਲੁਧਿਆਣੇ ਦੇ ਲੋਕ, ਬਿੱਟੂ ਨੂੰ ਤਾਂ ਖਾਸ ਕਰਕੇ ਸਾਰੇ ਜਾਣਦੇ ਆ ਵੀ ਇਹਨੇ 10 ਸਾਲ ਅਗਰ ਰਿਹਾ ਵਾ ਬਤੌਰ MP ਲੋਕਾਂ ਨੇ ਬਣਾਇਆ ਵਾ, ਇਹਨੇ 4.5 ਸਾਲ ਕਿਸੇ ਦਾ ਫੋਨ ਨਹੀਂ ਚੱਕਿਆ। ਅੱਜ ਕਾਂਗਰਸ ਦੇ ਵਰਕਰਾਂ ਨੇ ਵੀ ਇਹਨੂੰ ਤਾਂ ਹੀ ਮਜਬੂਰ ਕਰਤਾ ਭਾਜਪਾ ਚ ਜਾਣ ਲਈ, ਇਹ ਤਾਂ ਮਜਬੂਰ ਹੋ ਕੇ ਗਿਆ, ਉਹਨਾਂ ਨੇ ਆਪਣੇ ਦਰਵਾਜ਼ੇ ਨਹੀਂ ਖੋਲੇ ਸੀ। ਕੀ ਲੱਗਦਾ ਤੁਹਾਨੂੰ ਕਿ ਐਸੇ ਹਾਲਾਤ ਕਿਉਂ ਬਣੇ ਰਵਨੀਤ ਬਿੱਟੂ ਵਾਸਤੇ? ਐਸੀ ਲੁਧਿਆਣੇ ਦੀ ਸਿਆਸਤ ਦੇ ਵਿੱਚ ਕੀ ਉਥਲ ਪੁਥਲ ਚੱਲ ਰਹੀ ਹੈ, ਕਿਉਂ ਐਸਾ ਲੱਗਿਆ ਕਿ ਰਵਨੀਤ ਬਿੱਟੂ ਉਧਰ ਜੰਪ ਕਰ ਗਏ? ਦੇਖੋ, ਰਾਜਨੀਤੀ ਦੇ ਵਿੱਚ
ਇਹਨਾਂ ਲੋਕਾਂ ਨੇ ਸੇਵਾ ਨਹੀਂ ਕੀਤੀ। ਜਦੋਂ ਲੋਕਾਂ ਨਾਲ ਕੀਤੇ ਵਾਅਦੇ, ਅੱਜ ਮੈਂ ਜਿਹੜੇ ਪਿੰਡਾਂ ਚੋਂ ਹੋ ਕੇ ਆ ਰਿਹਾ, ਅੱਜ ਮੇਰਾ ਇੱਥੇ 12 ਪਿੰਡਾਂ ਦਾ ਦੌਰਾ ਵਾ, ਆ 2 ਪਿੰਡ ਰਹਿ ਗਏ, ਤੁਹਾਡੇ ਨਾਲ ਹੁਣ ਮੁਲਾਕਾਤ ਹੋ ਗਈ, ਬਹੁਤ ਵਧੀਆ ਲੱਗਿਆ। ਤੇ ਰਾਜਨੀਤੀ ਦੇ ਵਿੱਚ ਅਗਰ ਆਪਾਂ ਸੋਚੀਏ ਤਾਂ ਇਹਨਾਂ ਲੋਕਾਂ ਨੇ ਕਿਸੇ ਨੂੰ ਰਾਜਨੀਤੀ ਚ ਵੋਟਾਂ ਦਾ ਲੈ ਲਈਆਂ, ਮੁੜ ਕੇ ਕਿਸੇ ਨੂੰ ਮਿਲਣਾ ਵੀ ਚੰਗਾ ਨਹੀਂ ਸਮਝਿਆ। ਇਸ ਕਰਕੇ ਲੋਕ ਅੱਜ ਸਾਰਾ ਕੁਛ ਇਹਨਾਂ ਦੇ ਜਾਣਦੇ ਹੋਏ, ਅੱਜ ਇਹਨਾਂ ਨੂੰ ਲੋਕ ਇਸ ਗੱਲੋਂ ਅਣਦੇਖਿਆ ਹੀ ਕਰ ਰਹੇ ਆ। ਚਾਹੇ ਰਾਜਾ ਵੜਿੰਗ ਹੋਵੇ, ਰਾਜੇ ਵੜਿੰਗ ਨੂੰ ਤਾਂ ਸਾਡੇ ਭਾਰਤ ਨਗਰ ਚੌਂਕ ਦਾ ਨਾਮ ਨਹੀਂ ਲੈਣਾ ਆਇਆ, ਵੀ ਭਾਰਤ ਨਗਰ ਚੌਂਕ ਕਿਹਨੂੰ ਕਹਿੰਦੇ ਆ। ਇਹ ਇਸ ਕਰਕੇ ਉਹ ਤਾਂ ਆਪ ਹੀ ਰਾਜਾ ਵੜਿੰਗ, ਅੱਜ ਮੈਂ ਇੱਕ ਸੁਣ ਰਿਹਾ ਸੀ ਸੋਸ਼ਲ ਮੀਡੀਆ ਤੇ ਬੋਲਦੇ ਹੋਏ, ਕਹਿੰਦਾ ਮੇਰਾ ਦਿਲ ਤਾਂ ਗਿੱਦੜ ਬਾਏ ਆ, ਮੈਂ ਤਾਂ ਬਿਨਾਂ ਦਿਲ ਤੋਂ ਹੀ ਇੱਥੇ ਆਇਆ। ਜੇ ਤੇਰਾ ਦਿਲ ਹੀ ਗਿੱਦੜ ਬਾਏ ਆ, ਫਿਰ ਤੂੰ ਲੁਧਿਆਣੇ ਦੇ ਲੋਕਾਂ ਦਾ ਮਤ ਦਾ ਦਾਨ ਲੈ ਕੇ, ਇਹਦਾ ਮਤਲਬ ਤੂੰ ਲੋਕਾਂ ਨੂੰ ਲੁਧਿਆਣੇ ਦਿਆਂ ਨੂੰ ਇਹ ਸੋਚਦਾ ਵੀ ਵੋਟਾਂ ਲਈਏ ਤੇ ਜਾ ਕੇ 4 ਤਰੀਕ ਤੋਂ ਬਾਅਦ 1 ਨੂੰ ਵੋਟਾਂ ਪੈਣ ਤਾਂ ਸ਼ਾਮ ਨੂੰ ਬੋਰੀ ਬਿਸਤਰਾ ਗੋਲ ਕਰੀਏ ਤੇ ਜਾ ਕੇ ਗਿੱਦੜ ਬਾਏ ਬਹਿ ਜਾਈਏ। ਲੋਕ ਬਹੁਤ ਸਿਆਣੇ ਆ। ਪ੍ਰਤਾਪ ਬਾਜਵਾ ਜੀ ਵੀ ਕੱਲ ਪਰਸੋਂ ਕਹਿ ਰਹੇ ਸੀ ਵੀ ਮੈਂ ਲੁਧਿਆਣੇ ਪੱਕਾ ਹੀ ਡੇਰਾ ਲਾ ਲਿਆ ਨਹਿਰ ਦੇ ਕਿਨਾਰੇ, ਉਹ ਹੁਣ ਇਹਦਾ ਰਾਜੇ ਵੜਿੰਗ ਦਾ ਬਿਸਤਰਾ ਹੀ ਗੋਲ ਕਰਨ ਆਇਆ, ਚੰਗੀ ਤਰ੍ਹਾਂ ਬੰਨਣ ਆਇਆ, ਕਿਤੇ ਬਿਸਤਰਾ ਖੁੱਲਾ ਨਾ ਰਹਿ। ਨਹੀਂ, ਤੁਹਾਨੂੰ ਕੀ ਲੱਗਦਾ ਕਿ ਕਿਤੇ ਨਾ ਕਿਤੇ ਕਾਂਗਰਸ ਦੇ ਜਿਹੜੀ ਅੰਦਰੂਨੀ ਖਾਨਾ ਜੰਗੀ ਹੈ ਜਾਂ ਕੁਰਸੀ ਵਾਲਾ ਰੌਲਾ, ਤੁਸੀਂ ਤੁਹਾਨੂੰ ਕੀ ਲੱਗਦਾ ਕਿ ਉਸ ਚੱਕਰ ਚ ਹੈ ਹੀ ਕੁਰਸੀ ਦਾ ਰੌਲਾ? ਕਾਂਗਰਸ ਦੀ ਜਿਹੜੀ ਜਮਾਤ ਹੈ ਇਸ ਟਾਈਮ, ਇਹਨਾਂ ਦੀ ਥਾਲੀ ਚ ਲੱਡੂ ਮੁੱਕ ਗਏ ਹੋਏ ਆ। ਪਰ ਉਹ ਤਾਂ ਕਹਿੰਦੇ ਅਸੀਂ ਇਕੱਠੇ ਆ, ਗੱਲ ਹੀ ਕੋਈ ਨੀ ਰੌਲਾ। ਹਾਂ, ਇਹ ਤਾਂ ਹੁਣ ਤੁਹਾਨੂੰ ਤੁਹਾਡੇ ਸਾਹਮਣੇ ਆ ਜਾਣਾ ਹੌਲੀ ਹੌਲੀ, ਜਦੋਂ ਇੱਥੋਂ ਰਿਜ਼ਲਟ ਦੇਣਾ ਲੁਧਿਆਣੇ ਦੇ ਲੋਕਾਂ ਨੇ। ਇਹਨਾਂ ਨੇ ਕਹਿਣਾ ਮੈਨੂੰ ਬਾਜਵੇ ਨੇ ਹਰਾਤਾ, ਬਾਜਵੇ ਨੇ ਕਹਿਣਾ ਤੇਰੇ ਕੋਲ ਹੈ ਹੀ ਕੁਛ ਨੀ ਸੀ, ਤੂੰ ਜਿੱਤਣਾ ਕਿੱਥੇ ਸੀ। ਅੱਛਾ, ਇੱਕ ਹੁਣ ਇੰਨਾ ਟਾਈਮ ਹੋ ਗਿਆ ਜੀ ਦੇਸ਼ ਯਾਦ ਹੋਏ ਨੂੰ, ਤੇ ਜਦੋਂ ਕੋਈ ਗੱਲ ਹੁੰਦੀ ਆ ਤਾਂ ਉਹੀ ਮੁੱਦੇ ਜਿਹੜੇ ਨੇ ਉਹੀ ਫਿਰ ਉੱਠ ਖੜਦੇ ਨੇ। ਆ ਹੁਣ ਆਪਾਂ ਨਹਿਰ ਦੇ ਕੰਢੇ ਆਪਾਂ ਜਾ ਰਹੇ ਹਾਂ ਨਾ, ਕੱਚੀ ਨਹਿਰ, ਆ ਪੁਲ ਇਤਫਾਕ ਨੀ ਆਪਾਂ ਨੂੰ, ਚੱਲ ਆ ਪੁਲ ਵੀ ਦਿਖ ਗਿਆ। ਇਸ ਪੁਲ ਦਾ ਉਦਘਾਟਨ 1968 ਨੂੰ ਹੋਇਆ ਸੀ ਜੀ, ਇਹ ਮਾਣਯੋਗ ਸਰਦਾਰ ਲਕਸ਼ਮਣ ਸਿੰਘ ਜੀ ਗਿੱਲ ਮੁੱਖ ਮੰਤਰੀ ਪੰਜਾਬ ਨੇ 30/6/1968 ਨੂੰ ਕੀਤਾ। 68 ਤੋਂ ਬਾਅਦ ਪੁਲ ਦੀ ਹਾਲਤ ਇਹ ਮਗਰੋਂ ਉਦੋਂ ਬਾਅਦ ਕੋਈ ਝਾਕਦਾ ਨੀ ਇਹਨਾਂ ਵੱਲ, ਪਾਣੀ ਵੀ ਤਾਹ ਲੱਗ ਰਿਹਾ ਜਿਹਦੇ ਨਾਲ। MP ਬਿੱਟੂ ਸਾਹਿਬ ਨੂੰ ਇਹ ਸਵਾਲ ਕਰਕੇ ਪੁੱਛਿਓ ਵੀ ਤੂੰ 10 ਸਾਲ ਰਿਹਾ ਵਾ, ਕਦੇ ਮੈਨੂੰ ਪਰ ਉਹਨੇ ਸ਼ਹਿਰ ਚ ਨੀ ਕਿਸੇ ਨੂੰ ਦਿਖਿਆ ਉਹ ਪੁਲ, ਤਾਂ ਉਹਨੂੰ ਪਤਾ ਹੀ ਨੀ ਹੋਣਾ ਇਹ ਪੁਲ ਕੋਈ ਹੈਗਾ ਵਾ ਨਹਿਰ ਦੇ ਉੱਤੇ। ਇਹ ਲੋਕ ਜ਼ਮੀਨੀ ਲੈਵਲ ਨਾਲ ਨੀ ਜੁੜੇ ਹੋਏ, ਇਹ ਲੋਕ ਚੰਡੀਗੜ੍ਹੋਂ ਉੱਠ ਕੇ ਆਏ ਇੱਥੇ MP ਬਣ ਗਏ ਦਾਦਾ ਜੀ ਦਾ ਨਾਮ ਲੈ ਕੇ। ਹੁਣ ਇੱਥੋਂ ਲੋਕਾਂ ਨੇ 10 ਸਾਲ ਦਿੱਤਾ ਤਾਂ ਹੁਣ ਅੱਜ ਭਾਜਪਾ ਦੀ ਗੱਡੀ ਚ ਬਹਿ ਗਏ। ਲੋਕ ਰਾਜਨੀਤੀ ਨੂੰ ਇਸੇ ਤਰ੍ਹਾਂ ਹੀ ਆਪਣਾ ਪਲੇਟਫਾਰਮ ਜਿਹਾ ਬਣਾ ਕੇ ਕਰਦੇ ਆ, ਪਰ ਲੋਕ ਅੱਜ ਜ਼ਮੀਨੀ ਲੈਵਲ ਦੇ ਜੁੜੇ ਹੋਏ ਬੰਦਿਆਂ ਨੂੰ। ਆ ਹੁਣ ਇੱਥੇ ਦੇਖੋ ਜੀ, ਆ ਇੱਥੇ ਕੋਈ ਵੀ ਹਾਦਸਾ ਵਾਪਰ ਸਕਦਾ। ਅੱਛਾ, ਅਗਰ ਤੁਹਾਨੂੰ ਇਸ ਤੋਂ ਪਹਿਲਾਂ ਮੌਕਾ ਮਿਲਿਆ ਹੁੰਦਾ ਜਾਂ ਅੱਗੇ ਮਿਲ ਜਾਂਦਾ ਤਾਂ ਦੇਖੋ ਇਹ ਜਵਾਬ ਲੋਕਾਂ ਨੇ ਤੁਹਾਡੇ ਤੋਂ ਬਾਅਦ ਚ ਮੰਗਣਾ ਕਿ ਆਹ ਚੀਜ਼ਾਂ ਤੁਹਾਨੂੰ ਲੱਗਦਾ ਕਿ ਇੱਥੇ ਕੋਈ ਪਰਿਵਾਰ ਸਮੇਤ ਕਿਤੇ ਗੱਡੀ ਦੀ ਕੋਈ ਬ੍ਰੇਕ ਜਾਂ ਕੋਈ ਉਹ ਜਿਹਾ ਰੱਬ ਨਾ ਕਰੇ ਐਕਸੀਡੈਂਟ ਹੋਵੇ, ਪਰ ਸਰਦਾਰ ਭਗਵੰਤ ਸਿੰਘ ਮਾਨ ਤਾਂ ਹਾਈਵੇ ਤੇ ਵੀ ਲੋਕਾਂ ਦੀ ਜਾਨ ਮਾਲ ਦੀ ਰਾਖੀ ਦੀ ਬਚਾਅ ਕਰਦਾ, ਪਰ ਆਹ ਪਿਛਲੇ ਸਮੇਂ ਦੀਆਂ ਸਰਕਾਰਾਂ ਨੇ ਦੇਖ ਲਓ, ਓਪਨ ਗਰਿੱਲਾਂ ਟੁੱਟੀਆਂ ਪਈਆਂ ਨੇ। ਕੋਈ ਕੱਲ ਨੂੰ ਇੱਥੋਂ ਸਾਈਕਲ ਤੋਂ ਜਾਂਦਾ ਬੱਚਾ, ਕੋਈ ਬਜ਼ੁਰਗ, ਕੋਈ ਵੀ ਗਿਰ ਜਾਵੇ ਕਿਸੇ ਨੇ ਕੋਈ ਕੱਢਣ ਵਾਲਾ ਨਹੀਂ ਹੈਗਾ। ਇਹਨਾਂ ਲੋਕਾਂ ਨੇ ਧਿਆਨ ਨਹੀਂ ਕੀਤਾ ਰਾਜਨੀਤੀ ਨੂੰ, ਇਹਨਾਂ ਨੇ ਹਮੇਸ਼ਾ ਮਜ਼ਾਕ ਚ ਹੀ ਉਡਾਇਆ। ਲੋਕਾਂ ਦੀਆਂ ਵੋਟਾਂ ਲਈਆਂ, 4.5 ਸਾਲ ਬਾਅਦ ਫਿਰ ਲੋਕਾਂ ਦੇ ਆ ਕੇ ਪੈਰ ਫੜੇ
ਗੋਡਿਆਂ ਚ ਗਿਰੇ, ਫੇਰ ਵੋਟਾਂ ਲਈਆਂ, ਫੇਰ ਜਾ ਕੇ ਚੰਡੀਗੜ੍ਹ ਦੀਆਂ ਦਿੱਲੀ ਦੀਆਂ ਕੋਠੀਆਂ ਚ ਬਹਿ ਗਏ। ਅੱਛਾ ਅਸ਼ੋਕ ਜੀ, ਆਜੋ ਇੱਥੇ ਆਜੋ। ਅੱਛਾ ਇੱਕ ਨਾ ਤੁਹਾਡਾ, ਜਦੋਂ ਤੁਸੀਂ ਚਰਚਾ ਚ ਆਏ ਹੋ, ਇੱਕ ਤਾਂ ਤੁਹਾਡੇ ਨਾਲ ਡਾਇਲੋਗ ਬੜੇ ਚਰਚਾ ਦੇ ਵਿੱਚ ਆਏ ਸੀ, ਜਿਹਨੂੰ ਲੈ ਕੇ ਲੋਕ ਵੀਡੀਓ ਵੇਖ ਕੇ ਖੁਸ਼ ਵੀ ਹੋ ਜਾਂਦੇ ਅਕਸਰ, ਤੇ ਉਦੋਂ ਬਾਅਦ ਤੁਹਾਡੀ ਇੱਕ ਪਹਿਚਾਣ ਵੀ ਤੁਹਾਡੀ। ਅੱਛਾ ਉਹ ਕੀ ਡਾਇਲੋਗ ਸੀਗਾ ਤੁਹਾਡੇ ਨਾਮ ਨੂੰ ਲੈ ਕੇ, ਤੁਸੀਂ ਇੱਕ ਡਾਇਲੋਗ ਬੋਲਿਆ ਸੀਗਾ, ਉਹ ਕੀ ਸੀ, ਉਹਨੂੰ ਲੈ ਕੇ ਤੁਸੀਂ ਚਰਚਾ ਚ ਵੀ ਬੜੇ ਆਏ? ਦੱਸਦਾ ਮੈਂ ਵੀ, ਮੇਰਾ ਨਾਮ ਵੀ ਪੱਪੀ ਆ, ਮੈਂ ਸਾਰਿਆਂ ਨਾਲ ਕਰਦਾ ਵੀ ਪਿਆਰ ਆ, ਇਸ ਕਰਕੇ ਮੇਰਾ ਨਾਮ ਪੱਪੀ ਆ, ਮੈਂ ਸਾਰਿਆਂ ਨਾਲ ਪਿਆਰ ਕਰਦਾ, ਤਾਂ ਹੀ ਤੁਹਾਨੂੰ ਲੱਗਦਾ ਕਿ ਲੋਕ ਤੁਹਾਡੇ ਨਾਲ ਜੁੜਨ? ਹਾਂ, ਪਿਆਰ ਜੁੜੇ ਹੋਏ ਆ ਲੋਕ ਮੇਰੇ ਤੋਂ ਵੱਡਾ, ਲਗਾਤਾਰ 25 ਸਾਲ ਹੋ ਗਏ ਰਕੇਸ਼ ਪਰਾਸ਼ਰ ਕੌਂਸਲਰ ਜਿੱਤਦਾ ਆ ਰਿਹਾ, ਇਹ ਲੋਕਾਂ ਦਾ ਪਿਆਰ ਆ। ਪਰਾਸ਼ਰ ਪਰਿਵਾਰ ਨੇ ਜੋ ਸੇਵਾ ਕੀਤੀ ਲੁਧਿਆਣੇ ਦੇ ਲੋਕਾਂ ਦਾ ਔਰ ਸੈਂਟਰ ਦੇ ਹਲਕਾ ਸੈਂਟਰ ਦੇ ਲੋਕਾਂ ਦਾ, ਅਸੀਂ ਇਸ ਜਨਮ ਦੇਣਾ ਹੀ ਨਹੀਂ ਦੇ ਸਕਦੇ, ਤਾਂ ਕਿ ਉਹਨਾਂ ਨੇ ਜੋ ਸਾਨੂੰ ਆਸ਼ੀਰਵਾਦ ਔਰ ਮਾਨ ਸਨਮਾਨ ਦਿੱਤਾ ਇਹ ਲੋਕਾਂ ਦੀ ਦੇਣ ਆ। ਅੱਛਾ ਅੱਜ ਕੱਲ ਕਿਉਂਕਿ ਸਿਆਸਤ ਹੀ ਏਦਾਂ ਦੀ ਹੋ ਗਈ, ਤੁਹਾਡੇ ਇਸ ਬਿਆਨ ਦੀਆਂ ਵੀ ਬੜੀਆਂ ਕਲਿੱਪਾਂ ਬਣਾ ਬਣਾ ਕੇ ਵਾਇਰਲ ਹੋਈਆਂ ਜੀ, ਇੱਕ ਮਜ਼ਾਕੀਆ ਜਿਹਾ ਮਾਹੌਲ ਸਿਰ ਚ ਦਿੱਤਾ ਗਿਆ। ਦੇਖੋ, ਅੱਛਾ ਜਦੋਂ ਉਹ ਚੀਜ਼ਾਂ ਦੇਖਦੇ ਹੋ ਬੁਰਾ ਲੱਗਦਾ ਕਿ ਇੰਜੋਏ ਕਰਦੇ? ਨਹੀਂ ਨਹੀਂ, ਇਹ ਰਾਜਨੀਤੀ ਲੋਕਾਂ ਦੀ ਗੱਲ ਨਹੀਂ ਹੈਗੀ, ਇਹ ਲੋਕਾਂ ਦਾ ਪਿਆਰ ਆ। ਰਾਜਨੀਤੀ ਲੋਕ ਤਾਂ ਆਪਣੇ ਫਾਇਦੇ ਨੁਕਸਾਨ ਲਈ ਉਹ ਕਿਸੇ ਦਾ ਨਫਾ ਵੀ ਕਰ ਦਿੰਦੇ ਆ, ਕਿਸੇ ਦਾ ਨੁਕਸਾਨ ਵੀ ਕਰ ਦਿੰਦੇ ਆ। ਰਾਜਨੀਤੀ ਦੇ ਲੋਕਾਂ ਦੀ ਗੱਲ ਨੂੰ ਦਿਲ ਤੇ ਨਹੀਂ ਲਾਉਣਾ ਚਾਹੀਦਾ, ਇਹ ਲੋਕਾਂ ਨੂੰ ਜਾਣਦੇ ਆ ਅਸੀਂ, 70 ਸਾਲ ਹੋ ਗਏ ਇਹਨਾਂ ਨੂੰ ਮੁਲਕ ਤੇ ਰਾਜ ਕਰਦੇ। ਇਹਨਾਂ ਨੇ ਸਰਦਾਰ ਭਗਵੰਤ ਸਿੰਘ ਮਾਮਕਰਾਂ ਅਗਰ ਸੋਚਿਆ ਹੁੰਦਾ, ਅੱਜ ਇਹੀ ਨਹਿਰ ਤੇ ਜਿੱਥੇ ਆਪਾਂ ਬੈਠੇ ਆ ਇਹਦਾ ਪਾਣੀ ਅੱਜ ਕਿਸਾਨਾਂ ਨੂੰ ਤੇ ਕਸੀਆਂ ਤੇ ਸੂਹਿਆਂ ਚ ਜਾ ਰਿਹਾ ਵਾ, ਜੇ ਆ ਧਰਤੀ ਦਾ ਪਾਣੀ ਇੰਨੇ ਥੱਲੇ ਚਲੇ ਗਿਆ, ਇਹ ਪਹਿਲਾ ਮੁੱਖ ਮੰਤਰੀ ਆ ਜਿਹੜਾ ਇੰਨਾ ਜ਼ਮੀਨੀ ਲੈਵਲ ਤੇ ਸੋਚਦਾ ਵਾ। ਅੱਛਾ ਆਖਰੀ ਸਵਾਲ ਹੈ ਜੀ, ਤੁਹਾਨੂੰ ਕੀ ਲੱਗਦਾ ਲੋਕ ਤੁਹਾਨੂੰ ਕਿਉਂ ਚੁਣ, ਤੁਹਾਨੂੰ ਚੁਣ ਕੇ ਕੀ ਲੱਗਦਾ ਕਿ ਲੋਕ ਕਿਹੜੇ ਲਾਹੇ ਚ ਰਹਿਣਗੇ, ਕਿਉਂਕਿ ਸਾਹਮਣੇ ਤਾਂ ਬੜੇ ਬੜੇ ਦਿੱਗਜ ਨੇ ਜੀ? ਦਿੱਗਜ ਦਾ ਖਹਿਰਾ ਸਾਹਿਬ ਨੇ ਵੀ ਕਿਹਾ ਸੀਗਾ ਵੀ ਇੱਕ ਕਮਜ਼ੋਰ ਬਿੱਟੂ ਦੇ ਅੱਗੇ ਲਿਆ ਕੇ ਬੰਦਾ ਖੜਾ ਕਰਤਾ। ਮੈਂ ਉਹਨਾਂ ਨੂੰ ਚੈਲੰਜ ਕੀਤਾ ਸੀ ਇਸ ਗੱਲ ਲਈ ਖਹਿਰਾ ਸਾਹਿਬ ਨੂੰ ਵੀ ਖਹਿਰਾ ਸਾਹਿਬ ਜੇ ਤੁਹਾਨੂੰ ਇੰਨਾ ਹੱਥ ਤੋਂ ਸੰਗਰੂਰ ਹੈਗਾ ਦੂਰ ਤੇ ਲੁਧਿਆਣਾ ਹੈਗਾ ਨੇੜੇ, ਤੁਸੀਂ ਲੁਧਿਆਣੇ ਆ ਜਾਓ। ਉਦੋਂ ਸੀਟ ਦਿੱਤੀ ਨਹੀਂ ਸੀ ਰਾਜਾ ਬੜਿੰਗ ਨੂੰ ਤੇ ਤੁਹਾਨੂੰ ਪਤਾ ਲੱਗ ਜਾਣਾ, ਨਾ ਤਾਂ ਮੈਂ ਤੁਹਾਡੇ ਤੋਂ ਵਜਨ ਚੋਂ ਘੱਟਾਂ ਖਹਿਰੇ ਤੋਂ, ਜਾਂ ਮੇਰੇ ਨਾਲ ਭੱਜ ਕੇ ਦੇਖ ਲਵੇ, ਜਾਂ ਮੇਰੇ ਨਾਲ ਘੁਲ ਕੇ ਦੇਖ ਲਵੇ। ਜੇ ਬਾਹਲੀ ਗੱਲ ਆ ਲੋਕਤੰਤਰ ਦੇ ਤੌਰ ਤੇ ਦੇਖ ਲਵੇ, ਵੋਟਾਂ ਪਵਾ ਕੇ ਦੇਖ ਲਵੇ। ਪਰ ਮੈਂ ਇਹ ਵੀ ਦੱਸਿਆ ਸੀਗਾ ਮੀਡੀਆ ਰਾਹੀਂ ਵੀ ਕੀੜੀ ਜਦੋਂ ਹਾਥੀ ਦੇ ਸੁੰਡ ਚ ਵੜ ਗਈ ਸੀ, ਹਾਥੀ ਨੂੰ ਟਾਂਡਵ ਕਰਾਤਾ ਸੀ ਕੀੜੀ ਨੇ, ਇੰਨਾ ਕਮਜ਼ੋਰ ਨਾ ਸਮਝੋ ਤੁਸੀਂ ਰਾਜਨੀਤੀ ਨੂੰ ਕੀਤਾ ਹੰਕਾਰ ਦੇ ਤੌਰ ਤੇ, ਅਸੀਂ ਕੀਤੀ ਆ ਰਾਜਨੀਤੀ ਸੇਵਾ ਦੇ ਤੌਰ ਤੇ। ਸੇਵਾ ਕਰਾਂਗੇ, ਪਹਿਲਾਂ ਵੀ ਕੀਤੀ ਆ, ਹੁਣ ਵੀ ਕਰਾਂਗੇ, ਔਰ ਜਿੰਨੀ ਦੇ ਰਾਜਨੀਤੀ ਕਰਾਂਗੇ ਪੰਜਾਬ ਔਰ ਪੰਜਾਬੀਆਂ ਦੀ ਸੇਵਾ ਕਰਕੇ ਕਰਾਂਗੇ। ਤਾਂ ਤੁਹਾਨੂੰ ਲੱਗਦਾ ਸੀ ਕਿ ਤੁਸੀਂ ਇਸ ਪੋਜੀਸ਼ਨ ਚ ਸੀਗੇ ਕਿ ਇੱਕ ਹਿਸਾਬ ਦਾ ਖਹਿਰਾ ਸਾਹਿਬ ਨੂੰ ਵੀ ਚੈਲੰਜ ਸੀ ਤੁਹਾਡਾ? ਚੈਲੰਜ ਸੀਗਾ ਖਹਿਰਾ ਸਾਹਿਬ ਨੂੰ ਵੀ ਆ ਕੇ ਲੜ ਲੈਣ, ਆ ਕੇ ਲੁਧਿਆਣੇ ਲੜ ਲੈਣ। ਮੈਂ ਤਾਂ ਮੀਡੀਆ ਚ ਸ਼ਰੇਆਮ ਉਹਨਾਂ ਨੂੰ ਚੈਲੰਜ ਕੀਤਾ ਸੀ। ਅਜੇ ਵੀ ਹੈਗਾ? ਅਜੇ ਵੀ ਹੈਗਾ ਵਾ, ਕਿਉਂਕਿ ਸਾਡਾ ਕੁਛ ਬੀਜਿਆ ਲੁਧਿਆਣੇ ਦੇ ਲੋਕਾਂ ਚ ਦਿਲਾਂ ਚ, ਜਿਹੜੀ ਮੇਰੀ ਪੱਪੀ ਆ ਨਾ ਉਹ ਪੂਰੇ ਲੁਧਿਆਣੇ ਚ ਚੱਲਦੀ ਆ।